ਵੀ ਖੇਤਰ ਦੇ ਵਿੱਚ ਜੇ ਦੇਖਿਆ ਜਿਵੇਂ ਤੁਸੀਂ ਟਕਸਾਲੀਆਂ ਨੂੰ ਲੈ ਕੇ ਕਹਿੰਦੇ ਰਹੇ, ਬਾਅਦ 'ਚ ਹਾਲਾਂਕਿ ਚਲੋ ਸੁਲਾ ਸਫਾਈਆਂ ਹੋ ਗਈਆਂ, ਦਲਵੀਰ ਗੋਲਡੀ ਹੁਣੇ ਕੋਲ ਵੀ ਉੱਦੀ ਜਾ ਕੇ ਸੀ ਜਿੱਦੇ ਤੁਹਾਡੇ ਕੋਲ ਗਏ ਸੀ, ਉਹ ਖੈਰ ਛੱਡ ਕੇ ਚਲੇ ਗਏ, ਇਹ ਚੀਜ਼ਾਂ ਦਾ ਇੰਪੈਕਟ ਲੋਕਾਂ 'ਤੇ ਹੈ? ਸਾਡਾ ਰਾਈਟ ਸੀ ਜਿਹੜਾ ਬਣਦਾ ਸੀਗਾ ਅਤੇ ਅਸੀਂ ਤਿਆਰੀ ਵੀ ਲੱਗੇ ਹੋਏ ਸੀ ਕਰਨ। ਚਲੋ ਉਹ ਪਾਰਟੀ ਨੇ ਫੈਸਲਾ ਕਰਤਾ ਤਾਂ ਅਸੀਂ ਤਾਂ ਪਾਰਟੀ ਦੇ ਫੈਸਲੇ ਦੇ ਨਾਲ ਪਾਬੰਦ ਹੈਗੇ ਹਾਂ ਅਤੇ ਨਾਓ ਵੀ ਆਰ ਸਪੋਰਟਿੰਗ ਡਾਕਟਰ ਗਾਂਧੀ। ਲਗਾਤਾਰ ਤਾਂ ਜੇ ਕਹੀਏ ਪ੍ਰਨੀਤ ਕੌਰ ਵਾਸਤੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਸਤੇ ਵੋਟ ਮੰਗੀ, ਅੱਜ ਉਹੀ ਚੋਣ ਮੈਦਾਨ 'ਚ ਸਾਹਮਣੇ ਨੇ। ਮੇਲ ਮਿਲਾਪ ਸਾਰਿਆਂ ਦੇ ਨਾਲ ਮੇਰੀ ਇੱਕ ਹਮੇਸ਼ਾ ਨੇਚਰ ਰਹੀ ਹੈਗੀ ਹੈ ਕਿ ਮੈਂ ਹਰ ਇੱਕ ਦਾ ਰਿਸਪੈਕਟ ਕਰਦਾ ਅਤੇ ਮੇਰੀ ਵੀ ਬਹੁਤ ਰਿਸਪੈਕਟ ਕਰਦੇ ਹਾਂ। ਸਮਾਜਿਕ ਤੌਰ 'ਤੇ ਅਸੀਂ ਹਰ ਇਕੱਠਾਂ ਦੇ ਵਿੱਚ ਇਕੱਠੇ ਰਹਿੰਦੇ ਹਾਂ। ਜਿੱਥੇ ਤੱਕ ਪਾਰਟੀਆਂ ਦੀ ਪੋਲਿਸੀਜ ਹੈਗੀਆਂ, ਅਸੀਂ ਉਹਨਾਂ ਦੀ ਪਾਰਟੀ ਪੋਲਿਸੀਜ ਦੇ ਅਗੇਂਸਟ ਬੋਲਦੇ ਹੈਗੇ। ਪਟਿਆਲੇ ਦੇ ਵਿੱਚ ਜਿੱਥੋਂ ਉਹ ਚੋਣ ਲੜ ਰਹੇ ਹੈਗੇ ਆ, ਜੇ ਸ਼ੰਭੂ ਆ ਚਾਹੇ ਢਾਬੀ ਗੁਜਰਾਂ ਦੈਟ ਉੱਥੇ ਜਿੱਥੇ ਇਹ ਲੱਗਿਆ ਹੋਇਆ ਹੈ ਅਤੇ ਉੱਥੇ ਇੰਨਾ ਵੱਡਾ ਨੁਕਸਾਨ ਜਿਹੜਾ ਫਾਰਮਰਸ ਦਾ ਹੋਇਆ ਅਤੇ 175 MLR ਜਿਹੜੀਆਂ ਸ਼ੰਭੂ ਦੀਆਂ ਸੀ ਉਹ ਮੇਰੇ ਹਲਕੇ ਦੀਆਂ ਵਿੱਚ ਆ ਕੇ ਹੋਸਪਿਟਲ 'ਚ ਉੱਥੇ ਜਿਹੜੀਆਂ ਉਹ ਬਣੀਆਂ ਨੇ MLRs ਜਿਹੜੀਆਂ ਕੱਢੀਆਂ ਗਈਆਂ ਨੇ, ਬੜੀਆਂ ਉਹਨਾਂ ਦੇ ਡਾਇਰੈਕਟ ਮਤਲਬ ਫਾਇਰਿੰਗ ਵੀ ਹੋਈ, ਕੁੱਟਮਾਰ ਬਹੁਤ ਜ਼ਿਆਦਾ ਹੋਈ, ਬਹੁਤ ਜ਼ਿਆਦਾ ਕੀਤੀ। ਇੱਕ 300 ਕਰੋੜ ਰੁਪਿਆ ਐਵੇਂ ਮਤਲਬ ਕਿ ਬਾਹਰਲੇ ਪਾਸੇ ਜਾ ਕੇ ਵੀ ਇੱਥੇ ਕਿਸ਼ਤੀਆਂ ਚਲਾਇਆ ਕਰਾਂਗੇ, ਉਹ ਇੱਥੇ ਪੱਕਾ ਨਾ ਮਤਲਬ ਕਿ ਨਹਿਰ ਬਣਾਵਾਂਗੇ, ਗੰਦਾ ਪਾਣੀ ਹੈਗਾ ਉਹਦੇ ਵਿੱਚ ਕੌਣ ਬੈਠੇਗਾ? ਉਹ 300 ਕਰੋੜ ਰੁਪਇਆ ਬਰਬਾਦ ਕਰਤਾ ਤੁਸੀਂ। ਸਤਿ ਸ਼੍ਰੀ ਅਕਾਲ, ਕਾਂਗਰਸ ਦੀ ਕੰਪੇਨ ਕਮੇਟੀ ਬਣ ਚੁੱਕੀ ਆ ਅਤੇ ਮੀਟਿੰਗ ਹੋ ਗਈ ਆ, ਇਸ ਤੋਂ ਬਾਅਦ ਹੁਣ ਜ਼ਮੀਨ 'ਤੇ ਉਤਰਨਾ ਹੋਊਗਾ। ਹਰਦਿਆਲ ਕੰਬੋਜ ਸਾਡੇ ਨਾਲ ਨੇ, ਕਮੇਟੀ ਦੇ ਮੈਂਬਰ ਵੀ ਨੇ। ਕੰਬੋਜ ਸਾਹਿਬ, ਕੀ ਕਿੱਡੀ ਕੁ ਵੱਡੀ ਪਹਿਲਾਂ ਤਾਂ ਚੁਣੌਤੀ ਇਹ ਚੀਜ਼ ਦੀ ਹੈ ਕਿ ਅਸੀਂ ਆਪਦੀ ਗੱਲ ਠੋਸ ਤਰੀਕੇ ਨਾਲ ਸਮਝਾ ਸਕੀਏ, ਕਿਉਂਕਿ ਸਰਕਾਰ ਪਹਿਲਾਂ ਤੁਹਾਡੀ ਹੋ ਕੇ ਗਈ ਆ, ਉਸ ਤੋਂ ਬਾਅਦ ਲੋਕ ਫਿਰ 1-2 ਸਾਲ ਦੇ ਸਮੇਂ ਤੋਂ ਬਾਅਦ ਦੁਬਾਰੇ ਕਾਂਗਰਸ 'ਤੇ ਭਰੋਸਾ ਕਰਨਾ, ਕਿਉਂਕਿ ਪੰਜਾਬ ਵਾਲੇ ਤਾਂ ਪੰਜਾਬ ਦੇ ਮੁੱਦਿਆਂ ਨੂੰ ਦੇਖਣਗੇ। ਦੇਖੋ ਉਹਦੇ 'ਚ ਕੀ ਚੀਜ਼ਾਂ ਤੁਸੀਂ ਮੁੱਖ ਤੌਰ 'ਤੇ ਲੈ ਕੇ ਚੱਲੇ ਹੋ? ਨਹੀਂ ਦੇਖੋ, ਮੁੱਦੇ ਇੱਕ ਤਾਂ ਕਿਸਾਨਾਂ ਦਾ ਬਹੁਤ ਵੱਡਾ ਮੁੱਦਾ ਹੈ ਅਤੇ ਦੂਜਾ ਮਜ਼ਦੂਰਾਂ ਦਾ ਮੁੱਦਾ ਹੈ, ਇਹ ਜਿਹੜੇ ਕੇਂਦਰ ਦੇ ਨਾਲ ਸੰਬੰਧਿਤ ਨੇ। ਤੀਜੇ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਨੇ ਉਹ ਲਾਅ ਐਂਡ ਆਰਡਰ ਦਾ ਬਹੁਤ ਬੜਾ ਇਸ਼ੂ ਹੈ ਅਤੇ ਇੱਥੇ ਅਨਇੰਪਲਾਇਮੈਂਟ ਦਾ ਬਹੁਤ ਬੜਾ ਇਸ਼ੂ ਹੈ, ਜੋ ਲੇਡੀਜ਼ ਦਾ ਹੈ, ਬਹੁਤ ਜ਼ਿਆਦਾ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਜ਼ਮੀਨ 'ਤੇ ਜਾਇਆ ਜਾਏਗਾ ਅਤੇ ਬੜੇ ਜਿਹੜਾ ਅਸੀਂ ਸਿਸਟੇਮੈਟਿਕਲੀ ਜਿਹੜਾ ਕੱਲ੍ਹ ਵੀ 2-3 ਘੰਟੇ ਲਾਏ ਆ ਅਤੇ ਅੱਜ ਜਿਹੜਾ PC 'ਚ ਵੀ ਤੁਹਾਨੂੰ ਕਲੀਅਰ ਕਰ ਦਿੱਤਾ ਅਤੇ ਹੁਣ ਵੀ ਇਹ ਤੋਂ ਬਾਅਦ ਬੈਠ ਕੇ ਨਾਓ ਵੀ ਆਰ ਗੋਇੰਗ ਇਨ ਦਾ ਫੀਲਡਸ। ਪਰ ਇਹਦੇ 'ਚ ਦੇਖੀਏ ਇਸ ਵਾਰੀ ਕਈ ਚੀਜ਼ਾਂ ਦੇਖਣ ਨੂੰ ਮਿਲੀਆਂ ਤੁਹਾਡੇ ਵੀ ਖੇਤਰ ਦੇ ਵਿੱਚ, ਜੇ ਦੇਖੀਏ ਜਿਵੇਂ ਤੁਸੀਂ ਟਕਸਾਲੀਆਂ ਨੂੰ ਲੈ ਕੇ ਕਹਿੰਦੇ ਰਹੇ, ਬਾਅਦ 'ਚ ਹਾਲਾਂਕਿ ਚਲੋ ਸੁਲਾ ਸਫਾਈਆਂ ਹੋ ਗਈਆਂ, ਦਲਵੀਰ ਗੋਲਡੀ ਹੁਣੇ ਕੋਲ ਵੀ ਉੱਦੀ ਜਾ ਕੇ ਸੀ ਜਿੱਦੇ ਤੁਹਾਡੇ ਕੋਲ ਗਏ ਸੀ, ਉਹ ਖੈਰ ਛੱਡ ਕੇ ਚਲੇ ਗਏ, ਇਹ ਚੀਜ਼ਾਂ ਦਾ ਇੰਪੈਕਟ ਲੋਕਾਂ 'ਤੇ ਹੈ? ਨਹੀਂ ਦੇਖੋ, ਹਰ ਬੰਦੇ ਨੂੰ ਆਪਣਾ ਰਾਈਟ ਆ, ਮੈਂ ਆਪਣਾ ਰਾਈਟ ਪਰਿਵਾਰ ਦੇ ਵਿੱਚ ਰਹਿ ਕੇ ਕਲੇਮ ਕੀਤਾ ਸੀ, ਬੀਂਗ ਏ ਸੀਨੀਅਰ ਮੋਸਟ ਕਾਂਗਰਸਮੈਨ, ਪਿਛਲੇ 35 ਈਅਰ ਤੋਂ ਆਮ ਵਰਕਿੰਗ ਇਨ ਦਾ ਕਾਂਗਰਸ ਪਾਰਟੀ, ਅਤੇ ਸਾਡਾ ਰਾਈਟ ਸੀ ਜਿਹੜਾ ਬਣਦਾ ਸੀਗਾ ਅਤੇ ਅਸੀਂ ਤਿਆਰੀ ਵੀ ਲੱਗੇ ਹੋਏ ਸੀ ਕਰਨ। ਚਲੋ ਉਹ ਪਾਰਟੀ ਨੇ ਫੈਸਲਾ ਕਰਤਾ ਤਾਂ ਅਸੀਂ ਤਾਂ ਪਾਰਟੀ ਦੇ ਫੈਸਲੇ ਦੇ ਨਾਲ ਪਾਬੰਦ ਹੈਗੇ ਹਾਂ ਅਤੇ ਨਾਓ ਵੀ ਆਰ ਸਪੋਰਟਿੰਗ ਡਾਕਟਰ ਗਾਂਧੀ ਅਤੇ ਸਾਡੇ ਬਹੁਤ ਮਤਲਬ ਕਿ ਅੱਛੇ ਪ੍ਰੋਗਰਾਮ ਜਿਹੜੇ ਮੇਰੇ ਕੌਂਸਟੀਚੁਐਂਸੀ 'ਚ ਵੀ ਹੋਏ ਆ, ਸਾਡੇ ਡਿਸਟ੍ਰਿਕਟ ਦੇ ਵਿੱਚ ਵੀ ਹੋਏ ਆ, ਤਾਂ ਹੋਪਫੁਲੀ ਵੀ ਵਿਲ ਵਿਨ ਦਾ ਸੀਟ। ਦੇਖੀਏ ਹੁਣ ਤੱਕ ਜਿਵੇਂ ਕਹੀਏ ਕਿ ਇੱਕ ਬੜਾ ਲੰਬਾ ਵਕਫਾ, ਜਿਵੇਂ ਤੁਸੀਂ ਦੱਸਿਆ ਤੁਸੀਂ ਬਹੁਤ ਪੁਰਾਣੇ ਹੋ ਕਾਂਗਰਸ 'ਚ, ਲਗਾਤਾਰ ਤਾਂ ਜੇ ਕਹੀਏ ਪ੍ਰਨੀਤ ਕੌਰ ਵਾਸਤੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਸਤੇ ਵੋਟ ਮੰਗੀ, ਅੱਜ ਉਹੀ ਚੋਣ ਮੈਦਾਨ 'ਚ ਸਾਹਮਣੇ ਨੇ, ਬੋਲਣਾ ਜਾਂ ਵੈਸੇ ਜੇ ਕਹੀਏ ਕਿ ਸਿਆਸੀ ਤੌਰ 'ਤੇ ਵੀ ਅਤੇ ਨਿੱਜੀ ਤੌਰ 'ਤੇ, ਕਿਉਂਕਿ ਮੇਲ ਮਿਲਾਪ ਤੁਹਾਡਾ ਬਹੁਤ ਜ਼ਿਆਦਾ ਰਿਹਾ ਹੈਗਾ, ਅਤੇ ਲੱਗਦਾ ਨਹੀਂ ਔਖਾ ਜਿਹਾ ਨਹੀਂ ਹੁੰਦਾ ਜਦੋਂ ਸਾਹਮਣੇ ਵਾਲੇ ਨੂੰ ਆਪਾਂ? ਜਿੰਨੇ ਵੀ ਉਮੀਦਵਾਰ ਜਿਹੜੇ ਖੜ੍ਹੇ ਹੋਏ ਆ,
ਮੇਲ ਮਿਲਾਪ ਸਾਰਿਆਂ ਦੇ ਨਾਲ। ਮੇਰੀ ਇੱਕ ਹਮੇਸ਼ਾ ਨੇਚਰ ਰਹੀ ਹੈਗੀ ਹੈ ਕਿ ਮੈਂ ਹਰ ਇੱਕ ਦਾ ਰਿਸਪੈਕਟ ਕਰਦਾ ਅਤੇ ਮੇਰੀ ਵੀ ਉਹ ਬਹੁਤ ਰਿਸਪੈਕਟ ਕਰਦੇ ਹਾਂ। ਸਮਾਜਿਕ ਤੌਰ 'ਤੇ ਅਸੀਂ ਹਰ ਇਕੱਠਾਂ ਦੇ ਵਿੱਚ ਇਕੱਠੇ ਰਹਿੰਦੇ ਹਾਂ। ਜਿੱਥੇ ਤੱਕ ਪਾਰਟੀਆਂ ਦੀ ਪੋਲਿਸੀਜ਼ ਹੈਗੀਆਂ, ਅਸੀਂ ਉਹਨਾਂ ਦੀ ਪਾਰਟੀ ਪੋਲਿਸੀਜ਼ ਦੇ ਅਗੇਂਸਟ ਬੋਲਦੇ ਹੈਗੇ ਹਾਂ। ਕਈ ਬੜੇ ਅੱਛੇ ਲੋਕ ਹੋ ਸਕਦੇ ਆ ਪਰ ਪਾਰਟੀ ਨਹੀਂ ਅੱਛੀ ਹੋ ਸਕਦੀ, ਕਈ ਪਾਰਟੀਆਂ ਅੱਛੀਆਂ ਹੋ ਸਕਦੀਆਂ, ਲੋਕ ਨਹੀਂ ਅੱਛੇ ਹੋ ਸਕਦੇ। ਇਸ ਕਰਕੇ ਜਿਹੜੀ ਪਾਰਟੀ ਦੇ ਵਿੱਚੋਂ ਗਏ ਆ ਤਾਂ ਅੱਜ ਪੰਜਾਬ ਦੇ ਲੋਕ, ਜਿਵੇਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ, ਮਹਾਰਾਣੀ ਪ੍ਰੀਤ ਕੌਰ ਜੀ ਦੀ ਗੱਲ ਕੀਤੀ ਆ, ਅਤੇ ਐਜ ਏ ਮੈਨ ਦੇ ਆਰ ਵੈਰੀ ਗੁੱਡ ਪਰਸਨ, ਬਟ ਜਿਹੜੀ ਪਾਰਟੀ ਦੇ ਵਿੱਚੋਂ ਗਏ ਆ ਤਾਂ ਉਸ ਪਾਰਟੀ ਨੇ ਪੂਰੇ ਦੇਸ਼ ਦੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ। ਸਾਡਾ 700 ਕਿਸਾਨ ਮਾਰਿਆ ਗਿਆ ਸਰਹੱਦਾਂ 'ਤੇ। ਅੱਜ ਵੀ ਤੁਸੀਂ ਇਹ ਦੇਖੋ ਪਟਿਆਲੇ ਦੇ ਵਿੱਚ ਜਿੱਥੋਂ ਉਹ ਚੋਣ ਲੜ ਰਹੇ ਹੈਗੇ ਆ, ਚਾਹੇ ਸ਼ੰਭੂ ਆ ਚਾਹੇ ਢਾਬੀ ਗੁਜਰਾਂ, ਦੈਟ ਉੱਥੇ ਜਿੱਥੇ ਇਹ ਲੱਗਿਆ ਹੋਇਆ ਹੈ, ਅਤੇ ਉੱਥੇ ਇੰਨਾ ਵੱਡਾ ਨੁਕਸਾਨ ਜਿਹੜਾ ਫਾਰਮਰਸ ਦਾ ਹੋਇਆ, ਅਤੇ 175 MLR ਜਿਹੜੀਆਂ ਸ਼ੰਭੂ ਦੀਆਂ ਸੀ ਉਹ ਮੇਰੇ ਹਲਕੇ ਦੀਆਂ ਵਿੱਚ ਆ ਕੇ ਹੋਸਪਿਟਲ 'ਚ ਉੱਥੇ ਜਿਹੜੀਆਂ ਉਹ ਬਣੀਆਂ ਨੇ MLR ਜਿਹੜੀਆਂ ਕੱਟੀਆਂ ਗਈਆਂ ਨੇ, ਬੜੀਆਂ ਉਹਨਾਂ ਦੇ ਡਾਇਰੈਕਟ ਮਤਲਬ ਫਾਇਰਿੰਗ ਵੀ ਹੋਈ, ਕੁੱਟਮਾਰ ਬਹੁਤ ਜ਼ਿਆਦਾ ਹੋਈ, ਬਹੁਤ ਜ਼ਿਆਦਾ ਕੀਤੀ। ਇੱਦਾਂ ਹੀ ਸਾਡਾ ਜਿਹੜਾ ਉੱਥੇ ਢਾਬੀ ਗੁਜਰਾਂ ਖਨੌਰੀ 'ਤੇ ਮਤਲਬ ਕਿ ਸ਼ੁਭਕਰਨ ਨਾਂ ਦਾ ਇੱਕ ਨੌਜਵਾਨ ਆ, ਉਹਦੀ ਡੈਥ ਹੋਈ ਹੈ। ਹੁਣ ਉਹ ਤੋਂ ਬਾਅਦ ਵੀ ਇਹਨਾਂ ਦੀ ਮੈਨ ਹੈਂਡਲਿੰਗ ਦੇ ਵਿੱਚ ਵੀ ਇੱਕ ਸੁਰਿੰਦਰ ਸਿੰਘ ਨਾਂ ਦੇ ਕਿਸਾਨ ਦੀ ਜਿਹੜੀ ਡੈਥ ਹੋਈ ਆ। ਸੋ ਇਹ ਜਿਹੜਾ ਹੈਗਾ ਉਹ ਡੇਲੀ ਇਸੇ ਕਰਕੇ ਜਿਹੜਾ ਫਾਰਮਰ ਉਹਨਾਂ ਨੂੰ ਰੋਜ਼ ਘੇਰ ਰਿਹਾ, ਹੋਰ ਘੇਰ ਰਿਹਾ, ਤਾਂ ਚਲੋ ਇਸ ਗੱਲ ਦੀ ਸਜ਼ਾ ਪੰਜਾਬ ਦੇ ਲੋਕ ਉਹਨਾਂ ਨੂੰ ਦੇਣਗੇ ਕਿ ਜਿਸ ਪਾਰਟੀ ਦੇ ਅੰਦਰ ਉਹ ਜਾ ਕੇ ਖੜ੍ਹੇ ਹੈਗੇ ਆ। ਪਰ ਸਿਚੁਏਸ਼ਨ ਜੇਕਰ ਤੁਸੀਂ ਸਮਝਦੇ ਹੋ ਵੀ ਜੇ ਕਾਂਗਰਸ 'ਚ ਉਹ ਹੁੰਦੇ ਤਾਂ ਸਿਚੁਏਸ਼ਨ ਅੱਜ ਇਹੋ ਜਿਹੀ ਹੈਗੀ ਸੀ, ਉੱਥੇ ਬੈਲੈਂਸ ਕੀ ਦੁਬਾਰੇ ਪ੍ਰਨੀਤ ਕੌਰ ਨੂੰ ਮੌਕਾ ਮਿਲਦਾ? ਲੋਕਾਂ ਨੇ ਸਵਾਲ ਜ਼ਰੂਰ ਕਰਨੇ ਸੀਗੇ। ਸਵਾਲ ਇਸ ਕਰਕੇ ਕਰਨੇ ਸੀ ਕਿ ਪਿਛਲੇ ਦਿਨੀ 4 ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਆ, 2 ਵਾਰ ਚੀਫ ਮਿਨਿਸਟਰ ਰਹੇ ਆ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੈਪਟਨ ਸਾਹਿਬ, ਅਤੇ ਨੈਚੁਰਲੀ ਬੜੇ ਸਾਡੇ ਕੁਛ ਐਸੇ ਇਸ਼ੂਜ਼ ਨੇ ਜਿਨ੍ਹਾਂ ਲਈ ਮੈਂ ਵੀ ਲੜਦਾ ਰਿਹਾ। ਯੂ ਰਿਮੈਂਬਰ ਕਿ ਸਭ ਤੋਂ ਪਹਿਲਾਂ ਜਦੋਂ ਸਾਡੇ MLAs ਨੇ ਮਤਲਬ ਕਿ ਕੋਈ ਗੱਲ ਕੀਤੀ, ਆਈ ਵਾਜ਼ ਦਾ ਫਸਟ ਪਰਸਨ ਜਿਹਨੇ ਪਟਿਆਲਾ ਤੋਂ ਕੈਪਟਨ ਸਾਹਿਬ ਦੀ ਸਰਕਾਰ ਦੇ ਵਿਰੁੱਧ ਮੈਂ ਕੋਈ ਗੱਲਾਂ ਚੱਕੀਆਂ ਸੀਗੀਆਂ ਕਿ ਠੀਕ ਨਹੀਂ ਹੈ। ਚਲੋ ਕੁਛ ਮੇਰੇ ਭਰਾ ਮੇਰੇ ਨਾਲ ਲੱਗੇ, ਕੁਛ ਪਿੱਛੇ ਹਟ ਕੇ ਚੱਲਦਾ ਰਹਿੰਦਾ ਹੈਗਾ, ਅਤੇ ਉਹ ਬੜੇ ਇਸ਼ੂਜ਼ ਨੇ ਸਾਡੇ। ਇੱਕ ਸਾਡਾ ਬਹੁਤ ਵੱਡਾ ਇਸ਼ੂ ਹੈਗਾ ਜਿਹੜਾ ਫਾਰਮਰ ਦੇ ਨਾਲ ਰਿਲੇਟਡ ਆ, ਘੱਗਰ ਦਾ। ਜਿਹੜੇ ਇੱਕ ਮੈਂ ਇਹ ਕਹਿ ਸਕਦਾ ਕਿ ਮੈਂ ਉਹਦੇ ਲਈ ਆਪ ਜਾ ਕੇ ਸਾਰਾ ਉਹ ਜੋਗ੍ਰਾਫਿਕਲੀ ਸਾਰਾ ਉਹ ਤਿਆਰ ਕੀਤਾ ਸੀਗਾ। ਕੀ ਦਿੱਕਤ ਸੀਗੀ ਜਾਂ ਤੁਹਾਡੇ ਵਰਗੇ ਲੋਕ ਕਿਉਂ ਨਹੀਂ ਕੀਤਾ? ਮੈਂ ਵਾਰ ਵਾਰ ਮਤਲਬ ਕਿ ਇਹਨਾਂ ਨੂੰ ਕਹਿੰਦਾ ਰਿਹਾ। ਦੂਜੀ ਸਾਡੇ ਕੁਛ ਏਰੀਏ ਨੇ ਜਿਹੜੇ ਸ਼ਤਰਾਣੇ ਦਾ ਹੈ, ਸਮਾਣੇ ਦਾ ਹੈ, ਸਨੌਰ ਦਾ ਹੈ, ਜਿੱਥੇ ਬਿਲਕੁਲ ਇੰਡਸਟਰੀ ਨਹੀਂ, ਕੋਈ ਇੱਕ ਯੂਨਿਟ ਵੀ ਨਹੀਂ ਮਤਲਬ ਕਿ ਲਵਾ ਸਕੇ ਇਹ। ਅਤੇ ਜੇ ਹਾਲਾਂਕਿ ਉਹ ਸਾਰੇ ਹਾਈਵੇ 'ਤੇ ਨੇ, ਤੁਸੀਂ ਦੇਖੋ ਜਿਹੜਾ ਉਹ ਰੋਹਤਕ ਨੂੰ ਜਾਂਦਾ ਹੈਗਾ ਥਰੂ ਪਾਤੜਾ, ਉਹਦੇ ਨਾਲ ਹੀ ਫਿਰ ਹਰਿਆਣਾ ਦੀ ਬਾਰਡਰ 'ਤੇ ਸਮਾਣਾ ਵੀ ਸਨੌਰ ਵੀ ਸਾਰਾ ਹੀ ਲੱਗਦਾ ਹੈਗਾ। ਕੋਈ ਇੱਕ ਯੂਨਿਟ ਨਹੀਂ ਲੱਗਿਆ ਕਿ ਜਿੱਥੇ ਇੰਪਲਾਇਮੈਂਟ ਮਤਲਬ ਕਿ ਕ੍ਰੀਏਟ ਕੀਤੀ ਜਾਵੇ। ਸੋ ਇਹ ਸਾਰੇ ਹੋਰ ਵੀ ਇਹ ਤੋਂ ਇਲਾਵਾ ਬਹੁਤ ਕੁਛ ਸੀ। ਪਟਿਆਲੇ ਸ਼ਹਿਰ ਦਾ ਹੈ, ਪਟਿਆਲੇ ਸ਼ਹਿਰ ਦਾ ਹੁਣ ਤੁਸੀਂ ਜੇ ਜਾ ਕੇ, ਮੈਂ ਤੁਹਾਨੂੰ ਦੱਸਾਂ ਕਿ ਇੱਕ 300 ਕਰੋੜ ਰੁਪਇਆ ਐਵੇਂ ਮਤਲਬ ਕਿ ਬਾਹਰਲੇ ਪਾਸੇ ਜਾ ਕੇ ਕਿ ਇੱਥੇ ਕਿਸ਼ਤੀਆਂ ਚਲਾਇਆ ਕਰਾਂਗੇ, ਉਹ ਇੱਥੇ ਪੱਕਾ ਨਾ ਮਤਲਬ ਕਿ ਨਹਿਰ ਬਣਾਵਾਂਗੇ, ਗੰਦਾ ਪਾਣੀ ਹੈਗਾ ਉਹਦੇ ਵਿੱਚ ਕੌਣ ਬੈਠੇਗਾ? ਉਹ 300 ਕਰੋੜ ਰੁਪਇਆ ਬਰਬਾਦ ਕਰਤਾ। ਤੁਸੀਂ ਸ਼ਹਿਰ ਦੇ ਅੰਦਰ ਜਾਓ, ਜਿਹੜਾ ਇੰਟੀਰੀਅਰ ਪਾਰਟ ਆਫ ਦਾ ਸਿਟੀ ਹੈਗਾ, ਗੁੜ ਮੰਡੀ ਦਾ ਹੈ, ਕਿਲ੍ਹਾ ਚੌਂਕ ਦਾ ਹੈ, ਜਿਵੇਂ ਪੁਰਾਣੀਆਂ 40 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਲਾਲ ਇੱਟ ਦੀਆਂ ਮਤਲਬ ਕਿ ਸੜਕਾਂ ਹੋਇਆ ਕਰਦੀਆਂ ਸੀ, ਅੱਜ ਵੀ ਉੱਥੇ ਦੇਖ ਲਓ ਉਸ ਤਰੀਕੇ ਦੀਆਂ ਨਾਲ ਬਣੀਆਂ ਹੋਈਆਂ। ਪੀਪਲ ਆਰ ਕਰਾਈਂਗ ਇਨ ਦਾ ਸਿਟੀ ਆਫ ਕੈਪਟਨ ਅਮਰਿੰਦਰ ਸਿੰਘ। ਦੂਜੇ ਪਾਸੇ ਦੇਖੋ ਜੀ, ਜਿਵੇਂ ਚਲੋ ਮੈਂ ਲਾਸਟ ਸਵਾਲ ਹੀ ਹੈ ਮੇਰਾ ਕਿ ਜਿਵੇਂ ਬਿੱਟੂ ਗਏ, ਗੋਲਡੀ ਗਏ, ਠੀਕ ਹੈ,
ਇਹਨਾਂ ਲੋਕਾਂ ਨੇ ਵੀ ਕਿਤੇ ਨਾ ਕਿਤੇ ਦੇਖੋ ਸਿਆਸੀ ਤੌਰ 'ਤੇ ਬੰਦਾ ਵਿਚਾਰ ਪੂਰੇ ਦੇਖ ਕੇ ਫਿਰ ਹੀ ਜਾਂਦਾ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੇਕਰ 1% ਜੇ BJP ਦੁਬਾਰਾ ਰਿਵਾਈਵ ਦੇਸ਼ 'ਚ ਕਰਦੀ ਆ, ਪੰਜਾਬ 'ਚ ਤਾਂ ਚਲੋ ਹਾਲਾਤ ਜਿਵੇਂ ਕਿਹਾ ਜਾਵੇ ਹਜੇ ਲੋਕ ਫੈਸਲਾ ਦੱਸਣਗੇ ਕਿਉਂਕਿ ਪਹਿਲੀ ਵਾਰ ਆਪ ਲੜ ਰਹੇ ਨੇ, ਤੁਸੀਂ ਕਿਉਂਕਿ ਤੁਸੀਂ ਆਪਦੇ ਸਿਆਸੀ ਤੌਰ 'ਤੇ ਦੇਖ ਕੇ ਕੀ ਸੋਚਦੇ ਹੋ ਵੀ ਇਹਨਾਂ ਨੇ ਫੈਸਲਾ ਲੈਣ ਦੇ ਵਿੱਚ ਕਾਹਲੀ ਕਰਤੀ ਜਾਂ ਇਹ ਸੀ ਵੀ ਮਨਮੁਟਾਵ ਕਿਸੇ ਤੀਰ 'ਤੇ ਦੂਰ ਹੋ ਸਕਦੇ ਸੀ? ਦੇਖੋ, ਗੁੱਸਾ ਕਰਨਾ ਚਾਹੀਦਾ ਪਰ ਗੁੱਸੇ ਦੇ ਨਾਲ ਐਡਾ ਵੱਡਾ ਕਦਮ ਵੀ ਨਹੀਂ ਚੱਕਣਾ ਚਾਹੀਦਾ। ਜੇ ਉਰੇ ਇੰਨਾ ਚਿਰ ਰਹਿ ਕੇ, ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਜੋ ਸਾਰਾ ਕੇਡਰ ਬਹੁਤ ਮਾਯੂਸ ਆ, ਉਹਦਾ ਰੀਜਨ ਇਸ ਦਿਸ ਕੇ ਕੁਛ ਕਰ ਨਹੀਂ ਪਾਏ ਹੈਗੇ, ਤਾਂ ਇਹ ਬਾਕੀ ਜਿਹਨੇ ਜਾ ਕੇ ਉਹਨਾਂ ਤੋਂ ਕੀ ਸਥਾਪਿਤ ਮਤਲਬ ਕਿ ਲੈ ਲੈਣਗੇ ਕੋਈ ਸਥਾਨ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਉੱਥੇ ਕੋਈ ਫਿਊਚਰ ਬਣੇਗਾ। ਨਾਲੇ ਮੈਂ ਜਦੋਂ ਬਹੁਤ ਲੰਮੀ ਮਤਲਬ ਕਿ ਤਰੀਕੇ ਨਾਲ ਸੋਚਦਾ, ਮੈਨੂੰ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਫਿਊਚਰ ਨਹੀਂ ਲੱਗਦਾ ਹੈਗਾ। ਅਤੇ ਕਿਉਂਕਿ ਚੋਣਵੀ ਤੌਰ 'ਤੇ ਜੇ ਦੇਖਿਆ ਜਾਵੇ ਪਾਰਟੀਆਂ ਹੁਣ ਅੱਗੇ ਅੱਗੇ ਪੰਜਾਬ 'ਚ ਉਤਰਨਗੀਆਂ, ਤਾਂ ਪਰ ਉਹਦੇ ਨਾਲ ਨਾਲ ਗੱਲ ਇਹ ਆ ਜਿਵੇਂ ਹਰਦਿਆਲ ਕੰਬੋਜ ਹੁਣੇ ਕਹਿੰਦੇ ਨੇ ਕਿ ਵੱਡੇ ਤੌਰ 'ਤੇ ਕਿਤੇ ਨਾ ਕਿਤੇ ਨਾਰਾਜ਼ੀਆਂ ਭਾਵੇਂ ਸਾਡੀ ਵੀ ਰਹੀਆਂ ਪਰ ਅਸੀਂ ਪਾਰਟੀ ਨਹੀਂ ਛੱਡੀ, ਪਰ ਦੂਜੇ ਪਾਸੇ ਗੱਲ ਇਹ ਹੈ ਵੀ ਪਰਨੀਤ ਕੌਰ ਭਾਵੇਂ ਕਹਿੰਦੇ ਵੈਸੇ ਜ਼ਾਤੀ ਤੌਰ 'ਤੇ ਚੰਗੇ ਹੋਣ ਪਰ ਪਾਰਟੀ ਜਿਹੜੀ 'ਚ ਗਏ ਨੇ ਉਹਦਾ ਜਵਾਬ ਤਾਂ ਲੋਕ ਦੇਣਗੇ। ਵੀਡੀਓ ਜਰਨਲਿਸਟ ਜਿੰਦਰ ਕੀ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਸ 20 ਚੰਡੀਗੜ੍ਹ।